बहुत शहर दी प्राइम लोकेशन है 52 मरले जगह, सो मैं ओदे वास्ते भी सरकार कोलों फंड लैण दे आ 6.25 करोड़ रुपया ला के उस वेले दे जिहड़े शहीद आ उन्हां दे नां ते असीं ओह जिहड़ी ओहदे विच लाइब्रेरी भी बनावांगे, कम्यूनिटी सेंटर बनाउण लगे हाँ जिहदे च बजुर्गां दे बैठण नूं रेक्रीएशन रूम भी होगा, ते जिहड़ा तुहाडा भाईचारा पत्रकार भाईचारा ते लोक संपर्क विभाग आ ਉਹਨਾਂ ਦੇ ਬਹਿਣ ਨੂੰ ਵੀ ਮੋਗੇ 'ਚ ਕੋਈ ਪ੍ਰੋਪਰ ਜਗ੍ਹਾ ਨਹੀਂ ਹੈਗੀ, ਸੋ ਉੱਥੇ ਅਸੀਂ ਉਹਨਾਂ ਦੇ ਬਹਿਣ ਵਾਸਤੇ ਵੀ ਉਹਨਾਂ ਨੂੰ ਵੀ ਦਵਾਂਗੇ ਬਣਾ ਕੇ, ਔਰ ਉੱਥੇ ਕੋਈ ਸੈਮੀਨਾਰ ਕੋਈ ਕਾਨਫਰੰਸ ਜਾਂ ਕੋਈ ਵੀ ਪ੍ਰੈਸ ਕਾਨਫਰੰਸ ਕਰਨੀ ਉਹਦੇ ਲਈ ਵੀ ਨਾਲ ਹਾਲ ਬਣਾ ਰਹੇ ਹਾਂ। ਇਸ ਤਰ੍ਹਾਂ ਦੇ ਬੜੇ ਕੰਮ ਹੈਗੇ ਆ ਜਿਹੜੇ ਸ਼ੁਰੂ ਵੀ ਹੋਏ ਹੋਏ ਆ ਔਰ ਜਿਹੜੇ ਨਹੀਂ ਹੋਏ ਸ਼ੁਰੂ ਉਹ ਜਲਦੀ ਅਸੀਂ ਸ਼ੁਰੂ ਕਰ ਰਹੇ ਹਾਂ। ਚਾਰ ਹੀ ਸ਼ਹਿਰ ਦੇ ਜਿਹੜੇ ਰਸਤੇ ਆ ਉਹਨਾਂ ਨੂੰ ਸੁੰਦਰ ਬਣਾਉਣ ਲੱਗੇ ਹਾਂ। ਸੋ ਆਉਣ ਵਾਲੇ ਦਿਨਾਂ 'ਚ ਪਰਮਾਤਮਾ ਕਿਰਪਾ ਕਰੇ ਕਰੋਨਾ ਦਾ ਮੁੜ ਇਹੋ ਜਿਹਾ ਕਹਿਰ ਨਾ ਹੋਵੇ ਜਿਹਦੇ ਨਾਲ ਕੰਮ ਬੰਦ ਹੋ ਜਾਵੇ, ਨਹੀਂ ਤਾਂ ਕੰਮ ਨਿਰੰਤਰ ਚੱਲ ਰਹੇ ਔਰ ਵਿਦ ਇਨ ਡੇਜ਼ ਹੀ ਉਹ ਸਾਰੇ ਸ਼ੁਰੂ ਵੀ ਹੋ ਕੇ ਅਤੇ ਕੰਪਲੀਟ ਕਰ ਦਿਆਂਗੇ। ਡਾਕਟਰ ਸਾਹਿਬ ਤੁਸੀਂ ਕਰੋਨਾ ਦੀ ਗੱਲ ਕੀਤੀ ਆ, ਕਰੋਨਾ ਦੇ ਜਿਹੜਾ ਇਨਡੋਰ ਸਟੇਡੀਅਮ ਆ ਉੱਥੇ ਇੱਕ ਪਾਰਕ ਵੀ ਬਣਿਆ ਹੋਇਆ ਤੁਹਾਡੇ ਧਿਆਨ 'ਚ, ਉੱਥੇ ਕੀ ਆ ਵੀ ਨਾ ਜਿਹੜੇ ਉੱਥੇ ਸ਼ਾਮ ਨੂੰ ਜਾਂ ਸੁਬਾਹ ਜਿਹੜੇ ਉੱਥੇ ਸੈਰ ਕਰਨ ਆਉਂਦੇ ਨੇ ਚਾਹੇ ਨੌਜਵਾਨ ਆ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ, ਉੱਥੇ ਜ਼ਿਆਦਾਤਰ ਕੀ ਆ ਦੇਖਿਆ ਗਿਆ ਵਾ ਵੀ ਉੱਥੇ ਨਾ ਤਾਂ ਸੋਸ਼ਲ ਡਿਸਟੈਂਸ ਹੁੰਦਾ ਜੀ, ਨਾ ਹੀ ਉੱਥੇ ਕਿਸੇ ਦੇ ਮਾਸਕ ਹੁੰਦਾ, ਉਹਦੇ ਬਾਰੇ ਥੋੜ੍ਹੀ ਦੱਸੋ ਜੀ, ਲੋਕਾਂ ਨੂੰ ਅਪੀਲ ਕਰੋ। ਦੇਖੋ ਤੁਸੀਂ ਜਿਹਦਾ ਨਾਂ ਲੈ ਦਿੱਤਾ ਪਹਿਲਾਂ ਤਾਂ ਉਹ ਪਿਛਲੀ ਸਰਕਾਰ ਨੇ ਬਹੁਤ ਕਰੋੜਾਂ ਰੁਪਈਏ ਖਰਚ ਕੇ ਅਤੇ ਇੱਕ ਚਿੱਟਾ ਹਾਥੀ ਮੋਗੇ ਨੂੰ ਦਿੱਤਾ ਜਿਹਦੀਆਂ ਛੱਤਾਂ ਚੌਂਦੀਆਂ ਸੀ ਜਿਹਦੇ ਵਿੱਚ ਕੋਈ ਬਹਿਣੇ ਨੂੰ ਥਾਂ ਨਹੀਂ ਸੀ। ਸੋ ਮੇਰੀ ਸਰਕਾਰ ਨੇ ਔਰ ਮੈਂ ਆ ਕੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਉਹਦੀ ਜਿੰਨੀ ਕੁ ਬਣਦੀ ਸੀ ਥੋੜ੍ਹੀ ਬਹੁਤੀ ਰਿਪੇਅਰ ਕਰਾਈ। ਮੈਂ ਤਾਂ ਚਾਹੁੰਦਾ ਸੀ ਕਿ ਉਹਨੂੰ ਪੂਰਾ ਫੁੱਲ ਫਲੈਜ ਬਹੁਤ ਅੱਛੇ ਤਰੀਕੇ ਨਾਲ ਬਣਾਵਾਂ। ਸਰਕਾਰ ਕੋਲ ਪ੍ਰਪੋਜ਼ਲ ਵੀ ਦਿੱਤੀ ਸੀ PWD ਵਾਲਿਆਂ ਤੋਂ ਲੈ ਕੇ, ਪਰ ਉਹ ਸਮੱਸਿਆ ਇਹ ਆ ਗਈ ਕਿ ਉਹਦੀਆਂ ਨੀਹਾਂ ਹੀ ਇੰਨੀਆਂ ਗਲਤ ਢੰਗ ਨਾਲ ਉਹ ਇੱਕ ਪਾਸਿਓਂ ਬੈਠਾ ਹੋਇਆ। ਸੋ ਜਿਹੜੇ ਮਾਹਰ ਸੀਗੇ ਉਹਨਾਂ ਨੇ ਉਹਦੇ 'ਤੇ ਹੋਰ ਪੈਸੇ ਖਰਚਣ ਤੋਂ ਇਨਕਾਰ ਕਰਤਾ, ਪਰ ਫਿਰ ਵੀ ਜਿੰਨਾ ਕੁ ਉਹਨੂੰ ਠੀਕ ਕਰ ਸਕਦੇ ਸੀ ਵਰਤੋਂ 'ਚ ਲਿਆਉਣ ਲਈ। ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕੀਤੀ ਕਿ ਸਪੋਰਟਸ ਡਿਪਾਰਟਮੈਂਟ ਦੇ ਦਫ਼ਤਰ ਉਹਦੇ ਵਿੱਚ ਕਰਾਏ ਤਾਂ ਕਿ ਉਹ ਖੁੱਲ੍ਹਦਾ ਹੋ ਜਾਵੇ, ਉੱਥੇ ਕੋਈ ਬਹਿੰਦਾ ਹੋ ਜਾਵੇ, ਸਫਾਈ ਹੋਣ ਲੱਗ ਪਏ, ਤਾਂ ਉਹਦੇ ਨਾਲ ਅਸੀਂ ਉਹਦੇ ਵਿੱਚ ਛੋਟੀਆਂ ਛੋਟੀਆਂ ਇਨਡੋਰ ਗੇਮਸ ਜਿਹੜੀਆਂ ਉਹ ਵੀ ਸ਼ੁਰੂ ਕਰਵਾਈਆਂ। ਔਰ ਦੂਜਾ ਤੁਸੀਂ ਕਰੋਨਾ ਦੇ ਕਰਕੇ ਜਿਹੜਾ ਉੱਥੇ ਪਾਰਕ ਆ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਜਾਂ ਦੂਜੀ ਗੱਲ ਕੀਤੀ ਆ, ਇਹ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਪੀਲ ਵੀ ਕਰੂੰਗਾ ਲੋਕਾਂ ਨੂੰ। ਦੇਖੋ ਜੇ ਤਾਂ ਸਰਕਾਰ ਪ੍ਰਸ਼ਾਸਨ ਜਾਂ ਪੁਲਿਸ ਤੁਹਾਡੇ ਤੋਂ ਸੋਸ਼ਲ ਡਿਸਟੈਂਸਿੰਗ ਦੂਜੀਆਂ ਜਿਹੜੀਆਂ ਪਾਲਣਾਵਾਂ ਕਰਾਉਂਦੀ ਆ, ਫਿਰ ਤੁਸੀਂ ਉਹਦੀਆਂ ਵੀਡੀਓ ਬਣਾ ਬਣਾ ਕੇ ਪਾਉਂਦੇ ਆ ਵੀ ਸਾਡੇ ਨਾਲ ਧੱਕਾ ਕਰਦੇ ਆ, ਸਾਡੇ ਨਾਲ ਸਖਤੀ ਕਰਦੇ ਆ। ਜੇ ਤੁਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਘਰ ਦੇ ਬਜ਼ੁਰਗਾਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣਾ ਚਾਹੁੰਦੇ ਆ, ਇਹਦਾ ਇੱਕੋ ਇੱਕ ਤਰੀਕਾ ਆ ਕਿ ਜਿਹੜੀਆਂ ਹਦਾਇਤਾਂ WHO ਨੇ ਜਾਂ ਸਿਹਤ ਵਿਭਾਗ ਗੌਰਮੈਂਟ ਆਫ ਇੰਡੀਆ ਨੇ ਜਾਂ ਗੌਰਮੈਂਟ ਆਫ ਪੰਜਾਬ ਨੇ ਦਿੱਤੀਆਂ, ਬਹੁਤ ਛੋਟੀਆਂ ਛੋਟੀਆਂ ਗੱਲਾਂ, ਉਹਨਾਂ ਦੇ ਉੱਤੇ ਜੇ ਆਪਾਂ ਪਾਲਣਾ ਕਰ ਲਈਏ ਤਾਂ ਮੇਰਾ ਖਿਆਲ ਅਸੀਂ ਇਸ ਬਿਮਾਰੀ ਦੀ ਜਿਹੜਾ ਮਹਾਂਮਾਰੀ ਆ, ਪ੍ਰਕੋਪ ਆ, ਉਹਦੇ ਤੋਂ ਆਪ ਵੀ ਅਤੇ ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰਾਂ ਨੂੰ ਵੀ ਬਚਾ ਸਕਦੇ। ਸੋ ਮੈਂ ਅਪੀਲ ਕਰੂੰਗਾ ਕਿ ਜੇ ਤੁਹਾਨੂੰ ਖੁੱਲ੍ਹਾਂ ਮਿਲ ਗਈਆਂ ਅੱਜ ਘਰਾਂ 'ਚੋਂ ਬਾਹਰ ਨਿਕਲਣ ਲਈ ਸਰਕਾਰ ਨੇ ਕਹਿ ਦਿੱਤਾ, ਕਿਉਂਕਿ ਸਾਰੀ ਉਮਰ ਘਰਾਂ ਦੇ ਵਿੱਚ ਤਾੜ ਕੇ ਨਹੀਂ ਰੱਖਿਆ ਜਾ ਸਕਦਾ, ਕਾਰੋਬਾਰ ਵੀ ਕਰਨੇ ਆ, ਰੋਟੀ ਵੀ ਖਾਣੀ ਹੈ। ਸੋ ਜੇ ਖੁੱਲ੍ਹਾਂ ਮਿਲੀਆਂ ਤਾਂ ਉਹਦਾ ਆਪਾਂ ਨੂੰ ਸਦ ਉਪਯੋਗ ਕਰਨਾ ਚਾਹੀਦਾ ਤਾਂ ਕਿ ਜਿੱਦਾਂ ਇਹ ਪ੍ਰਕੋਪ ਦੁਆਰਾ ਵਧਿਆ ਉਹਦੇ ਨਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਵੀਕਐਂਡ ਦੇ 2 ਜਿਹੜੇ ਦਿਨ ਹੈਗੇ ਆ, ਸ਼ਨੀਵਾਰ ਅਤੇ ਐਤਵਾਰ, ਉਹਦੇ 'ਚ ਥੋੜ੍ਹਾ ਜਿਹਾ ਸ਼ਿਕੰਜਾ ਕੱਸਣਾ ਪਿਆ। ਸੋ ਜੇ ਤੁਸੀਂ ਇਸੇ ਤਰ੍ਹਾਂ ਹੀ ਉਹਨਾਂ ਸੁਵਿਧਾਵਾਂ ਦੀ ਉਹਨਾਂ ਮਾਣਦੇ ਹੋਏ ਉਹਨਾਂ ਸੁਵਿਧਾਵਾਂ ਨੂੰ ਜੇ ਤੁਸੀਂ ਅਨੁਸ਼ਾਸਨ ਦਾ ਜਾਂ ਉਹਨਾਂ ਹਦਾਇਤਾਂ ਦਾ ਪਾਲਣ ਨਾ ਕੀਤਾ ਜਿਹਦੇ ਨਾਲ ਕਰੋਨਾ ਵੱਧ ਸਕਦਾ ਹੋਇਆ, ਤਾਂ ਫਿਰ ਵੀ ਸਰਕਾਰ ਨੂੰ ਮਜਬੂਰ ਹੋ ਕੇ ਉਸੇ ਤਰ੍ਹਾਂ ਹੀ ਕਰਫਿਊ ਜਾਂ ਲੋਕਡਾਊਨ ਲਾਉਣਾ ਪੈਣਾ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਖੁੱਲ੍ਹਾਂ ਅਤੇ ਇਹ ਢਿੱਲਾਂ ਮਿਲੀਆਂ ਰਹਿਣ ਤਾਂ ਤੁਹਾਨੂੰ ਵੀ ਮੈਂ ਇਹ ਬੇਨਤੀ ਕਰੂੰਗਾ ਕਿ ਤੁਸੀਂ ਉਹਨਾਂ ਹਦਾਇਤਾਂ ਦਾ ਪਾਲਣ ਕਰੋ ਤਾਂ ਕਿ ਆਪਾਂ ਇਹਨਾਂ ਆਜ਼ਾਦੀਆਂ ਦਾ ਮਾਣ ਸਕੀਏ ਆਨੰਦ ਔਰ ਆਪਣੇ ਕਾਰੋਬਾਰਾਂ ਨੂੰ ਖੁੱਲ੍ਹਾ ਰੱਖ ਸਕੀਏ।
कोरोना के बचा लिए जिहड़े आम मोगा वासियों के जिले के सारिया ने बड़े असी उपराले किए आ भी अपने जो भी अपने मोगा वासी ने जां पिंड जां शहरां दे विच ते उहदे संबंध में तुसीं एक चार वेंटीलेटर भी मोगे के होस्पिटल में लिया के दिते आ उहदे बारे थोड़ी विस्तारपूर्वक जानकारी दिओ। लोगों ने मैनू चुन के इत्थे तक लिआंदा और मैं समझदा कि अखलाकी तौर पर सरकार का और चुने हुए नुमाइंदे का फर्ज बनता हुंदा कि अपने लोगों की हिफाजत वास्ते सारे इंतजाम जिहड़े आ उन्हां दा प्रबंध करे। सो मोगे दे विच जदों करोना की महामारी फैलन लगी सी उहदे तों पहले ही अजे लॉकडाउन तों पहले ही तो ही मैं एक कार्रवाई शुरू करती सी और जिथे साडे मुख्यमंत्री कैप्टन अमरिंदर सिंह होणा ने सारे पंजाब जिहड़ा हैगा वो बाकी स्टेटां तों साडे गवर्नमेंट ऑफ इंडिया तों भी पहले ही इत्थे करफ्यू ला के लॉकडाउन करके जिथे पंजाब नूं बचा लिया उत्थे मेरा जिहड़ा फर्ज बनता सी मैं भी अपने तौर पर सिविल होस्पिटल च गया उत्थे जदों मैं हालात देखे तां आइसोलेशन दा वो बैड दा प्रबंध सारा करवाया और वेंटीलेटर है नहीं सी उत्थे इक्को ही सी चार वेंटीलेटर जिहड़े ने उहनां दा प्रबंध कीता जिहड़े मोनीटर्स हुंदे आ एमरजेंसी आई सी यू दे विच लगदे उहनां दा चारां दा प्रबंध कीता जिहड़े बी पी पल्स मोनीटर करदे रहिंदे नाल नाल और सिविल होस्पिटल च मैनूं लग्गिया कि कोई प्रबंधां च कमी ना रहे मैं एक दिन रात नूं 2 बजे भी आप जाके देखिया और इस तरह ही मैं गाहे बगाहे उत्थे हर पहलू ते हर हालात ते नज़र रखण की पूरी कोशिश की और मैं दिन रात उत्थे जांदा भी रहा वो सारे जिन्ने प्रबंध सिगे सुचारू रूप च प्रबंध करन दे नाल नाल सब तो वड्डी गल हुंदी है कि थोड़ा जिहड़ा स्टाफ आ चाहे वह डॉक्टर्स ने पैरामेडिकल स्टाफ आ नर्सिंग स्टाफ आ सफाई वाले आ उन्हां सारिआं नूं एक मोटीवेशन देनी और जिहड़े बंदे दिन रात लोकां दी सेवा कर रहे आ उन्हां दी पिठ ते खड़ना इदां दे मौके ते बहुत जरूरी सीगा और उहदे करके मैं जांदा आउंदा भी रहा और मोटीवेट भी करदा रहा और इसे दे करके ही आ कि मोगे दे विच जिन्ने भी पेशेंट आए करोना दे चाहे वह तबलीकी जमात नाल संबंधित चार सी चाहे उहदे तों बाद दूजियां स्टेटां तों जां नंदेड़ साहिब तों आए सीगे वो सारे तंदुरुस्त होके गए और मोगे सिविल होस्पिटल दे विच जिथे साडे इलाज उहनां दा हो रहा सी उत्थे दी स्टाफ दे नाल गिद्दा पाउंदिआं दी वीडियो वो मैं शेयर की ते उहदे तों बाद साडे मुख्यमंत्री साहब ने भी मोटीवेट करन वास्ते उहनूं अपने ट्विटर ते भी पाया और उहदे नाल साडे कम करन वाले योधिआं नूं बड़ा हौसला मिलदा। सो ये मेरा ख्याल बहुत मोटिवेशन वाली गल सी भी मुख्यमंत्री ने आप एक नर्स नाल गल कीती आ चाहे वह प्रशासन सी चाहे दूजे तीजे कारपोरेशन वाले साडे सफाई वाले हरेक बंदे ने अपना बनता योगदान अपनी वित्त तो बारा होके भी योगदान पाया हालांकि विरोधियों दी नुक्ताचीनियां का सामना करना पिया और मैनू इस गल की खुशी आ कि परमात्मा ने सानू इन्नी मोटिवेशन दिती मैं और मेरी समुची टीम दिन रात अपनी सेहत दी अपने परिवारां दी परवाह ना करके लोकां तक राशन पहुँचाउणा उहनां दीआं सेहत सहूलतां दा ध्यान रखना वो सारा कुछ ही कीता जो एक समाज सेवी नूं करना चाहीदा। डॉक्टर कल दी गल आ कि अपने एक ढुड्डी क्या तो एक केस सामने आया भी जो कलकत्ते तो आया सीगा अज दी की स्थिति है जी लेटेस्ट हुण मोगा हल्के दी केस तो सारे जिवें हिंदुस्तान दे विच ही वध रहे आ और साडे सत्कारत मुख्यमंत्री कैप्टन अमरिंदर सिंह होणा ने जदों मार्च दे विच एक रिपोर्ट नशर कीती सी कि जून जुलाई अगस्त सितंबर जिहड़ा उहनां दिनां दे विच इह केस वधणगे ते बचाउणा आपां इस गल लई आ कि इह कम्यूनिटी स्प्रैड ना हो जाए क्योंकि जे कम्यूनिटी स्प्रैड होगी तां इस महामारी तों आपां कोई भी बच नहीं सकांगे। हालांकि उन्होंने भी ये गल कही थी कि 87% तक लोग इस बीमारी तो पीड़ित हो जाएंगे। बीमारी नाल पीड़ित होना मतलब ये नहीं कि मौत करोना साढ़े पंजाबियों के जुस्सों के बहुता असर नहीं पा रहा और साढ़े खाण पीण के ढंग साडा इस लड़ाई नाल लड़न का जो सरकार का तहैया उन्हें बड़ा कारगर भूमिका अदा की है जिथे लोग अगे सरकारी हॉस्पिटलों तो
ਸਰਕਾਰ ਤੋਂ ਇੰਨੀ ਉਮੀਦ ਨਹੀਂ ਸੀ ਰੱਖਦੇ। ਸਰਕਾਰੀ ਹਸਪਤਾਲਾਂ ਨੂੰ ਤਾਂ ਪਰਚੇ ਕਟਾਉਣ ਲਈ, ਛੱਬੀਆਂ ਬਣਾਉਣ ਲਈ ਵਰਤਦੇ ਸੀ। ਅੱਜ ਲੋਕਾਂ ਦਾ ਵਿਸ਼ਵਾਸ ਬਣਿਆ ਸਰਕਾਰ 'ਤੇ ਵੀ, ਸਰਕਾਰ ਦੇ ਪ੍ਰਸ਼ਾਸਨ 'ਤੇ ਵੀ, ਸਰਕਾਰ ਦੇ ਪੁਲਿਸ ਮੁਲਾਜ਼ਮਾਂ 'ਤੇ ਵੀ, ਔਰ ਸਰਕਾਰ ਦੀਆਂ ਸਿਹਤ ਸਹੂਲਤਾਂ 'ਤੇ ਵੀ। ਸੋ ਉਹਨਾਂ ਨੇ ਅੱਜ ਦੇਖਿਆ ਕਿ ਜਿੱਥੇ ਪ੍ਰਾਈਵੇਟ ਹੋਸਪਿਟਲਾਂ ਵਾਲੇ ਭੱਜ ਗਏ ਸੀ, ਇਲਾਜ 11 ਰੁਪਈਆਂ ਦਾ ਪਰ ਡੇ ਦਾ ਉਹਨਾਂ ਦਾ ਖਰਚਾ ਪਾਇਆ ਪਿਆ ਸੀ, 35-35 ਹਜ਼ਾਰ ਰੁਪਈਆ ਇੱਕ ਦਿਨ ਦਾ। ਸੋ ਸਾਡੇ ਸਰਕਾਰੀ ਹੋਸਪਿਟਲਾਂ ਦੇ ਵਿੱਚ ਉਹਨਾਂ ਨਾਲੋਂ ਬਿਹਤਰ ਸਿਹਤ ਸਹੂਲਤਾਂ, ਲਗਾਤਾਰ ਦਿਨ ਰਾਤ ਸੇਵਾਵਾਂ, ਔਰ ਬਿਲਕੁਲ ਮੁਫਤ ਜਿਹੜੀਆਂ ਉਹ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ। ਪਰ ਉਹ ਜਿਹੜਾ ਤੁਹਾਡਾ ਕੁਐਸਚਨ ਸੀਗਾ, ਕਮਿਊਨਿਟੀ ਸਪਰੈਡ ਵੱਲ ਨੂੰ ਅਸੀਂ ਵੱਧ ਰਹੇ ਹਾਂ। ਬਾਹਰਲੇ ਸੂਬਿਆਂ ਤੋਂ ਇੱਥੇ ਲੋਕ ਆਉਣੇ ਸ਼ੁਰੂ ਹੋ ਗਏ ਆ, ਬਾਹਰਲੇ ਦੇਸ਼ਾਂ ਤੋਂ ਆਉਣੇ ਸ਼ੁਰੂ ਹੋ ਗਏ ਆ। ਸੋ ਅੱਜ ਦੀ ਜੇ ਤਾਜ਼ਾ ਗੱਲ ਕਰੀਏ ਤਾਂ ਮੈਂ ਰੋਜ਼ ਆਪਣੇ ਹੋਸਪਿਟਲ ਦੇ ਨਾਲ ਜੁੜਿਆ ਹੋਇਆ, ਔਰ ਮੈਂ ਤਾਜ਼ਾ ਰੋਜ਼ ਉਹਨਾਂ ਦੀ ਸਥਿਤੀ ਜਿਹੜੀ ਉਹ ਪਤਾ ਕਰਦਾ ਰਹਿੰਦਾ। ਅੱਜ ਹੁਣ ਤੱਕ ਉੱਥੇ 73-73 ਮਰੀਜ਼ ਜਿਹੜੇ ਕੋਰੋਨਾ ਦੇ ਪੋਜ਼ਿਟਿਵ ਪਾਏ ਗਏ ਆ। ਪਰ ਖੁਸ਼ੀ ਵਾਲੀ ਗੱਲ ਇਹ ਆ ਕਿ ਉਹਨਾਂ 'ਚੋਂ ਕੋਈ ਵੀ ਜਿਹੜਾ ਪੇਸ਼ੈਂਟ ਆ ਸੀਰੀਅਸ ਨਹੀਂ ਹੈਗਾ, ਸਾਰੇ ਤੰਦਰੁਸਤ ਆ। ਔਰ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਜਿੱਥੇ ਬਾਕੀ ਸਾਰੇ ਜਿਨ੍ਹਾਂ ਨੂੰ ਅਜੇ ਕਰੋਨਾ ਨਹੀਂ ਹੋਇਆ ਉਹਨਾਂ ਨੂੰ ਹੋਵੇ ਵੀ ਨਾ, ਅਤੇ ਉਹ ਤੰਦਰੁਸਤ ਰਹਿਣ। ਉੱਥੇ ਜਿਨ੍ਹਾਂ ਦਾ ਪੋਜ਼ਿਟਿਵ ਆ ਗਿਆ ਉਹਨਾਂ ਲਈ ਵੀ ਦੁਆ ਕਰਦਾ ਕਿ ਉਹ ਵੀ ਤੰਦਰੁਸਤ ਹੋ ਕੇ, ਠੀਕ ਠਾਕ ਹੋ ਕੇ ਆਪਣੇ ਘਰਾਂ 'ਚ ਜਾਣ। ਇੱਕ ਗੱਲ ਮੈਂ ਤੁਹਾਡੇ ਚੈਨਲ ਨਾਲ ਲੋਕਾਂ ਨੂੰ ਜ਼ਰੂਰ ਕਹਿਣੀ ਚਾਹੂੰਗਾ ਕਿ ਇਸ ਕਰੋਨਾ ਨੂੰ ਜਦੋਂ ਖੁੱਲ੍ਹਾ ਮਿਲ ਗਈਆਂ ਤਾਂ ਇਹ ਨਾ ਸਮਝੋ ਕਿ ਇਹ ਸਾਡੇ ਤੋਂ ਕਿਤੇ ਚੱਲ ਗਿਆ, ਅਤੇ ਇਹਨੂੰ ਇੰਨਾ ਲਾਈਟਲੀ ਨਾ ਲਓ। ਇੱਕ ਵਾਰੀ ਛਿੱਕਣ ਦੇ ਨਾਲ, ਖੰਘਣ ਦੇ ਨਾਲ 6 ਤੋਂ 12 ਘੰਟੇ ਤੱਕ ਇਹ ਹਵਾ ਦੇ ਵਿੱਚ ਫੈਲਿਆ ਰਹਿੰਦਾ। ਸੋ ਆਪਣਾ ਮੂੰਹ ਜਿਹੜਾ ਢੱਕ ਕੇ ਰੱਖੋ। ਇਹ ਜ਼ਰੂਰੀ ਨਹੀਂ ਜਦੋਂ ਅਗਲਾ ਖੰਘੇ ਉਦੋਂ ਹੀ ਤੁਹਾਡੇ 'ਤੇ ਛਿੱਟੇ ਪੈਣੇ ਆ। ਹਵਾ ਦੇ ਵਿੱਚ ਜਿਹੜਾ ਲੜਕਦਾ ਕਰੋਨਾ ਦਾ ਵਾਇਰਸ ਹੈ ਉਹ ਵੀ ਤੁਹਾਡੇ 'ਤੇ ਇਫੈਕਟ ਕਰ ਸਕਦਾ। ਸੋ ਕੋਸ਼ਿਸ਼ ਕਰੋ ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਮੂੰਹ ਜ਼ਰੂਰ ਢੱਕ ਕੇ ਰੱਖੋ, ਔਰ ਜਿੱਥੇ ਵੀ ਤੁਸੀਂ ਲੋਕਾਂ ਦੇ ਵਿੱਚ ਜਾਣਾ ਉੱਥੇ ਹੱਥ ਮਿਲਾਉਣੇ ਨੂੰ, ਗਲ ਮਿਲਣੇ ਨੂੰ ਤਰਜੀਹ ਨਾ ਦਿਓ। ਸੋਸ਼ਲ ਡਿਸਟੈਂਸਿੰਗ ਰੱਖੋ, ਦੂਰੋਂ ਹੀ ਉਹਨਾਂ ਨੂੰ ਫਤਿਹ ਕਰੋ। ਔਰ ਜਿਹੜਾ ਹੱਥ ਧੋਣ ਦੀ ਗੱਲ ਕੀਤੀ ਆ, ਸੈਨੇਟਾਈਜ਼ਰ ਯੂਜ਼ ਕਰਨ ਦੀ ਗੱਲ ਕੀਤੀ ਹੈ, ਉਹਦੇ ਪਿੱਛੇ ਪਰਪਜ਼ ਇਹੀ ਆ ਕਿ ਕਰੋਨਾ ਦੇ ਨਾਲ ਜੇ ਸਾਡਾ ਹੱਥ ਵੀ ਕਿਸੇ ਕਰੋਨਾ ਦੇ ਪੋਜ਼ਿਟਿਵ ਨਾਲ ਵੀ ਮਿਲ ਗਿਆ ਤਾਂ ਵੀ ਕਰੋਨਾ ਹੱਥ ਦੇ ਵਿੱਚੋਂ ਸਾਡੇ 'ਚ ਨਹੀਂ ਆਉਣ ਲੱਗਾ। ਜਦੋਂ ਇਹ ਹੱਥ ਸਾਡੇ ਨੱਕ ਨੂੰ, ਮੂੰਹ ਨੂੰ, ਅੱਖਾਂ ਨੂੰ ਲੱਗੂਗਾ ਤਾਂ ਉਸ ਸੈੱਲ 'ਤੇ, ਉਸ ਬਾਡੀ ਦੇ ਟੈਂਪਰੇਚਰ ਵਿੱਚੋਂ ਇਸ ਕਰੋਨਾ ਨੇ ਮੁੜ ਜਿਉਂਦਾ ਹੋਣਾ। ਸੋ ਆਪਣੇ ਹੱਥਾਂ ਨੂੰ, ਨੱਕ ਮੂੰਹ ਨੂੰ, ਬੁੱਲਾਂ ਨੂੰ, ਕੰਨਾਂ ਨੂੰ, ਅੱਖਾਂ ਨੂੰ ਲਾਉਣ ਤੋਂ ਗਰੇਜ਼ ਕਰੋ। ਬਾਰ ਬਾਰ ਆਪਣੇ ਹੱਥ ਧੋ ਲਓ। ਅਸੀਂ ਅਣਜਾਣੇ 'ਚ ਕਈ ਵਾਰੀ ਲਾ ਲੈਂਦੇ ਹਾਂ, ਸੋ ਬਾਰ ਬਾਰ ਧੋ ਲਓ। ਸੈਨੇਟਾਈਜ਼ਰ ਦਾ ਘੜੀ ਘੜੀ ਤਾਂ ਨਹੀਂ, 5-7 ਵਾਰੀ ਦਿਨ 'ਚ ਜ਼ਰੂਰ ਪ੍ਰਯੋਗ ਕਰੋ। ਸੋ ਇਹ ਬਚਾਓ ਵਿੱਚ ਹੀ ਬਚਾਓ ਆ, ਕਿਉਂਕਿ ਜੇ ਅਗਲੀ ਸਟੇਜ ਆ ਗਈ ਕਮਿਊਨਿਟੀ ਸਪਰੈਡ ਦੀ ਤਾਂ ਫਿਰ ਅਸੀਂ ਬਚਣਾ ਕਿਸੇ ਨੇ ਨਹੀਂ। ਅੱਜ ਮੈਂ ਪਿੰਡਾਂ 'ਚ ਚੱਲਿਆ, ਔਰ ਮੈਂ ਪਿਛਲੇ ਦਿਨਾਂ 'ਚ ਵੀ ਆਪਣੇ ਲੋਕਾਂ 'ਚ ਫਿਰਦਾ ਆ, ਆਉਣਾ ਜਾਂਦਾ ਹਾਂ, ਅਤੇ ਮੈਂ ਮਹਿਸੂਸ ਕਰ ਰਿਹਾ ਕਿ ਹੌਲੀ ਹੌਲੀ ਲੋਕ ਇਹਨਾਂ ਢਿੱਲਾਂ ਦਾ ਨਜਾਇਜ਼ ਫਾਇਦਾ ਉਠਾ ਕੇ ਮਨ 'ਚੋਂ ਇਹ ਗੱਲ ਕੱਢ ਰਹੇ ਆ ਕਿ ਸ਼ਾਇਦ ਕਰੋਨਾ ਮੁੱਕੀ। ਜਿਵੇਂ ਤੁਹਾਡੀ ਕੈਪਟਨ ਸਰਕਾਰ ਆ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਅਨੇਕਾਂ ਅਪੀਲਾਂ ਕਰਦੀ ਆ, ਤੁਸੀਂ ਵੀ ਕੀਤੀ ਹੁਣ, ਪਰ ਕੁਝ ਲੋਕ ਹਜੇ ਇੱਦਾਂ ਦੇ ਆ ਵੀ ਜਿਹੜੇ ਬਾਹਰਲੇ ਸੂਬਿਆਂ ਦੇ, ਜੇ ਸਾਡੇ ਧਿਆਨ 'ਚ ਆਇਆ ਸੀਗਾ ਵੀ ਕੁਝ ਜਿਵੇਂ ਆਪਣੇ ਇੱਧਰ ਪ੍ਰਵਾਸੀ ਮਜ਼ਦੂਰ ਆਉਂਦੇ ਆ, ਤਾਂ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਡਰਾਈਵਰ ਵਗੈਰਾ ਉੱਧਰੋਂ ਬਾਹਰਲੀਆਂ ਸਟੇਟਾਂ 'ਚੋਂ ਇੱਧਰ ਲੈ ਕੇ ਆਉਂਦੇ ਜਾਂ ਛੱਡ ਕੇ ਆਉਂਦੇ, ਉਹ ਨਿਰੰਤਰ ਜਾਰੀ ਆ। ਪਰ ਇੱਥੇ ਇੱਕ ਆਪਣੇ ਮੋਗੇ ਜ਼ਿਲ੍ਹੇ ਦੀ ਪਿੰਡ ਆ ਢੁੱਡੀ ਕੇ ਜੀ, ਉੱਥੇ ਵੀ ਕੁਝ ਇਹੋ ਜਿਹੇ ਡਰਾਈਵਰ ਸੀਗੇ ਜਿਹੜੇ ਆ ਗਏ ਆ, ਪਰ ਉਹਨਾਂ ਨੇ ਆ ਕੇ ਸਿਹਤ ਵਿਭਾਗ ਨੂੰ ਇਨਫੋਰਮ ਨਹੀਂ ਕੀਤਾ ਵੀ ਅਸੀਂ ਆ। ਉਹਦੇ ਬਾਰੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜਿੱਥੇ ਵੀ ਪ੍ਰਸ਼ਾਸਨ ਨੂੰ, ਸਿਹਤ ਵਿਭਾਗ ਨੂੰ ਪਤਾ ਲੱਗਦਾ ਉੱਥੇ ਤੁਰੰਤ ਜਾ ਕੇ ਉਹਨਾਂ ਦੀ ਅਸੀਂ ਸੈਂਪਲਿੰਗ ਵੀ ਲੈਂਦੇ ਹਾਂ ਔਰ ਚੈੱਕ ਵੀ ਕਰਦੇ ਹਾਂ। ਮੋਗੇ 'ਚ ਵੀ ਕੱਲ੍ਹ ਪਰਸੋਂ ਇੱਕ ਮੁੰਡਾ ਜਿਹੜਾ ਉਹ ਸਾਡਾ ਬਾਹਰੋਂ ਆਇਆ ਸੀ ਔਰ ਉਹਦਾ ਪੋਜ਼ਿਟਿਵ ਆ ਗਿਆ, ਉਹਦੇ ਸਾਰੇ ਪਰਿਵਾਰ ਦੇ ਟੈਸਟ ਕੀਤੇ ਗਏ ਆ। ਸ਼ੁਕਰ ਹੈ ਪਰਮਾਤਮਾ ਦਾ, ਸਾਰਾ ਪਰਿਵਾਰ ਜਿਹੜਾ ਉਹ ਨੈਗੇਟਿਵ ਆ ਗਿਆ। ਸੋ ਇਹ ਜਿੱਦਾਂ ਤੁਸੀਂ ਗੱਲ ਕਰਦੇ ਹੋ, ਮੈਂ ਕੱਲ੍ਹ ਵੀ ਮੈਨੂੰ ਅਪੀਲ ਪਾਈ ਵੀ ਸੀ ਵੀ ਜੀ ਉਹ ਬੱਸਾਂ ਵਾਲੇ ਜਿਹੜੇ ਆਉਂਦੇ ਆ ਡਰਾਈਵਰ, ਉਹਨਾਂ ਦਾ ਟੈਸਟ ਨਹੀਂ ਕੀਤਾ, ਅਸੀਂ ਟੈਕਸੀਆਂ ਵਾਲੇ ਸਾਡੇ ਕਿਉਂ ਕਰਦੇ? ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਲੋਕਾਂ ਨੂੰ, ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਜੇ ਤੁਹਾਡੇ ਕੋਈ ਟੈਸਟ ਕੀਤੇ ਜਾਂਦੇ ਆ, ਮੁਫਤ ਕੀਤੇ ਜਾ ਰਹੇ ਆ, ਕੋਈ ਥੋ ਤੋਂ ਚਾਰਜ ਨਹੀਂ ਕੀਤਾ ਜਾ ਰਿਹਾ, ਇਹਦੇ ਵਿੱਚ ਸਰਕਾਰ ਦਾ ਜਾਂ ਕਿਸੇ ਦਾ ਕੋਈ ਫਾਇਦਾ ਨਹੀਂ। ਸਰਕਾਰ ਤਾਂ ਕੋਲੋਂ ਪੈਸੇ ਖਰਚ ਕੇ ਤੁਹਾਡੇ ਟੈਸਟ ਕਰਾ ਰਹੇ,
ਇਹ ਕਰਵਾਏ ਜਾ ਰਹੇ ਆ ਤੁਹਾਡੇ ਪਰਿਵਾਰਾਂ ਵਾਸਤੇ, ਤੁਹਾਡੇ ਰਿਸ਼ਤੇਦਾਰਾਂ ਵਾਸਤੇ, ਤੁਹਾਡੇ ਆਲੇ ਦੁਆਲੇ ਵਾਸਤੇ। ਤੁਸੀਂ ਘਰੇ ਆ ਕੇ ਜੇ ਹੋਰਾ ਵੀ ਇਤਿਹਾਸ ਨਾ ਰੱਖੋਗੇ, ਟੈਸਟ ਨਾ ਕਰਾਉਂਗੇ ਜਾਂ ਆਪਣੇ ਆਪ ਨੂੰ ਆਈਸੋਲੇਟ ਨਾ ਕਰੋਗੇ, ਤਾਂ ਉਹਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਮੋਗੇ ਦੇ MLA ਜਾਂ ਕਿਸੇ ਹੋਰ ਦੇ MLA ਨੂੰ ਓਨਾ ਅਸਰ ਨਹੀਂ ਹੋਣਾ। ਸਭ ਤੋਂ ਪਹਿਲਾਂ ਉਹਦਾ ਅਸਰ ਤੁਹਾਡੇ ਬੱਚਿਆਂ 'ਤੇ, ਤੁਹਾਡੇ ਬਜ਼ੁਰਗਾਂ ਦੇ ਉੱਤੇ ਹੋਣਾ। ਸੋ ਰੱਬ ਦੇ ਵਾਸਤੇ ਇੱਦਾਂ ਦੀਆਂ ਅਪੀਲਾਂ ਦਲੀਲਾਂ 'ਚ ਨਾ ਪਾਓ। ਤੁਸੀਂ ਆਪ ਵੀ, ਤੁਹਾਡੇ ਆਂਢ ਗੁਆਂਢ ਵੀ, ਜੇ ਕੋਈ ਬਾਹਰਲੇ ਸੂਬੇ 'ਚੋਂ ਜਾਂ ਬਾਹਰਲੇ ਦੇਸ਼ 'ਚੋਂ ਆਉਂਦਾ, ਤਾਂ ਆਪਣਾ ਫਰਜ਼ ਆਪ ਸਮਝ ਕੇ ਪ੍ਰਸ਼ਾਸਨ ਨੂੰ ਉਹਦੀ ਇਤਲਾਹ ਕਰੀਏ। ਜੇ ਉਹ ਤੁਹਾਨੂੰ ਕਹਿਣ ਕਿ ਜਿੰਨੀ ਦੇਰ ਤੱਕ ਟੈਸਟ ਦੀ ਰਿਪੋਰਟ ਨਹੀਂ ਆਉਂਦੀ, ਕੁਆਰੰਟਾਈਨ ਸੈਂਟਰ 'ਚ ਰਹੋ, ਤਾਂ ਤੁਸੀਂ ਕੁਆਰੰਟਾਈਨ ਸੈਂਟਰ ਦੇ ਵਿੱਚ ਰਹੋ। ਹੁਣ ਤਾਂ ਸਰਕਾਰ ਨੇ ਸਹੂਲਤਾਂ ਦੇਤੀਆਂ, ਤੁਸੀਂ ਭਾਵੇਂ 5-star ਹੋਟਲ 'ਚ ਰਹੋ, ਨਹੀਂ ਤਾਂ ਸਰਕਾਰ ਵੱਲੋਂ ਮੁਫ਼ਤ ਜਿੱਥੇ ਬਣਾਏ ਨੇ ਤੁਸੀਂ ਉੱਥੇ ਰਹੋ। ਉਹਦੇ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਆਈਸੋਲੇਟ ਰੱਖ ਸਕਦੇ। ਪਰ ਇਹ ਇਤਿਹਾਸ ਕਿਸੇ ਵੀ ਇਲਾਜ ਤੋਂ ਜ਼ਰੂਰੀ ਆ, ਕਿਉਂਕਿ ਇਲਾਜ ਅਜੇ ਨਿਕਲਿਆ ਨਹੀਂ। ਤੁਸੀਂ ਮੇਰੇ ਕੋਲ ਆਏ, ਆਪਣਾ ਸਮਾਂ ਮੈਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਜੀ। ਇਹ ਸਨ ਡਾਕਟਰ ਹਰਜੋਤ ਕਮਲ, MLA ਹਲਕਾ ਵਿਧਾਇਕ ਮੋਗਾ, ਜਿੱਥੇ ਇਹ MLA ਦੇ ਨਾਲ ਇਹ ਡਾਕਟਰ ਵੀ ਨੇ। ਇਹਨਾਂ ਨੇ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਰੋਨਾ ਤੋਂ ਬਚਿਆ ਜਾ ਸਕਦਾ ਵਾ, ਅਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਮੋਗੇ ਦੇ ਵਿੱਚ ਹੁਣ ਤੱਕ ਕੀ ਵਿਕਾਸ ਕਾਰਜ ਹੋ ਰਹੇ ਨੇ ਅਤੇ ਅੱਗੇ ਕੀ ਹੋਣੇ ਨੇ। NET7 ਰਾਜਿੰਦਰ ਸਿੰਘ ਰੱਤੀ, ਕੈਮਰਾਮੈਨ ਕਮਲਜੀਤ ਸਿੰਘ ਪਿੰਡਰ ਦੇ ਨਾਲ।